ਧਰਨੇ ਲਾਏ ਹੋਏ ਨੇ ਪਰ ਜਿਹੜੇ ਲੋਕ ਜੰਤਰ ਮੰਤਰ ਤੇ ਜਾਂ ਫਿਰ ਕਿਤੇ ਹੋਰ ਜਾ ਕੇ ਬੈਠ ਕੇ ਬੜੇ ਆਰਾਮ ਦੇ ਨਾਲ ਇਹਨਾਂ ਸਾਰਿਆਂ ਨੂੰ ਜਸਟ ਕਮੈਂਟ ਕਰਦੇ ਪਏ ਨੇ ਉਹ ਸਭ ਤੋਂ ਪਹਿਲਾਂ ਇੱਥੇ ਆ ਕੇ ਦੇਖਣ ਕਿ ਇੱਥੇ ਕੀ ਹਾਲਾਤ ਬਣੀ ਹੋਏ ਨੇ ਸੋ ਇਸੇ ਦੇ ਚੱਲਦਿਆਂ ਅਸੀਂ ਜਿਹੜਾ ਸਾਡਾ মিডিਆ ਆਰਪੀਡੀ 24 ਸਾਡੇ ਵੱਲੋਂ ਕਿਸਾਨਾਂ ਅਤੇ ਬੰਦੀਆਂ ਦੀ ਗੱਲ ਸੁਣੀ ਗਈ ਪਰ ਕਹਿੰਦੇ ਨੇ ਕਿ মিডিਆ ਜਿਹੜਾ ਨਿਰਪੱਖ ਹੁੰਦਾ ਆ ਉਹ ਕਿਸੇ ਇੱਕ ਪੱਖ ਦੀ ਗੱਲ ਨਹੀਂ ਕਰਦਾ ਉਹ ਸਾਰਿਆਂ ਦੀ ਗੱਲ ਸੁਣਦਾ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਜੰਦਰ ਮੰਦਰ ਵਿਖੇ ਕਾਂਗਰਸੀ ਵਿਧਾਇਕ ਉਥੇ ਐਮਪੀ ਬੈਠੇ ਹੋਏ ਨੇ ਤੇ ਅਸੀਂ ਉਥੇ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਰਵਨੀਤ ਬਿੱਟੂ ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਗਏ ਸੀ ਪਰ ਉਹ ਸਾਨੂੰ ਨਹੀਂ ਮਿਲੇ ਉਥੇ ਇਹ ਵੀ ਬੈਠੇ ਹੋਏ ਸਨ ਜਿਨ੍ਹਾਂ ਨੂੰ ਜਸਵੀਰ ਸਿੰਘ გილ ਜਿੰਪਾ ਕਿਹਾ ਜਾਂਦੇ ਇਹਨਾਂ ਨੇ ਕਿਹਾ ਪਹਿਲਾਂ ਮੇਰੀ ਇੰਟਰਵਿਊ ਕਰੋ ਪਹਿਲਾਂ ਤਾਂ ਇਹਨਾਂ ਨੇ ੱੱਕੇ ਨਾਲ ਸਾਨੂੰ ਆਪਣੀ ਇੰਟਰਵਿਊ ਕਰਨ ਦੇ ਲਈ ਕਿਹਾ ਤੇ ਜਦੋਂ ਮੈਂ ਉਹਨਾਂ ਨੂੰ ਇੱਕ ਇਹ ਸਵਾਲ ਪੁੱਛਿਆ ਕਿ ਜੇਕਰ ਅੱਜ ਕਿਸਾਨ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਉੱਪਰ ਯਕੀਨ ਨਹੀਂ ਕਰ پا ਰਹੇ ਤਾਂ ਉਸ ਦਾ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਕਿਸਾਨਾਂ ਬਾਰੇ ਨਾ ਪੁੱਛੋ ਮੈਨੂੰ ਕਿਸੇ ਹੋਰ ਬਾਰੇ ਰੰ ਪੁੱਛੋ ਮੈਨੂੰ ਸਿਰਫ ਮੇਰੇ ਬਾਰੇ ਪੁੱਛੋ ਫਿਰ ਤੁਸੀਂ ਜੰਤਰ ਮੰਡਰ ਕੀ ਕਰਨ ਬੈਠੇ ਹੋਏ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਕਿਸਾਨਾਂ ਦੇ ਹੱਕਾਂ ਲਈ ਬੈਠੇ ਹੋਏ ਹੋ ਤੇ ਗੱਲ ਤੁਸੀਂ ਉਹਨਾਂ ਦੀ ਕਰਨਾ ਨਹੀਂ ਚਾਹੁੰਦੇ ਤਾਂ ਫਿਰ ਉੱਥੇ ਕੀ ਲੈਣ ਬੈਠੇ ਪਰ ਇੰਨੇ ਸਵਾਲ ਤੇ ਉਹ ਪੜਕੇ ਤੇ ਉਹਨਾਂ ਨੇ ਕੱਲ ਜੋ ਬਦਸਲੂਕੀ ਕੀਤੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਐ ਪਰ ਮੈਂ ਉਸ ਬਦਸਲੂਕੀ ਤੋਂ ਪਿੱਛੇ ਨਹੀਂ ਹਟਣ ਵਾਲੀ ਉਹਨਾਂ ਨੇ ਜੋ ਕਰਨਾ ਹੈ ਉਹ ਕਰ ਸਕਦੇ ਨੇ ਜੋ ਕਰਨਾ ਉਹ ਕਰ ਸਕਦੇ ਨੇ ਉਹ ਮੇਰਾ ਸਬਰ ਪਰਖਣਾ ਚਾਹੁੰਦੇ ਨੇ ਪਰਖ ਸਕਦੇ ਨੇ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਕਿਸਾਨ ਦੀ ਧੀ ਦੇ ਵਿੱਚ ਕਿੰਨਾ ਜ਼ਿਆਦਾ ਸਬਰ ਹੁੰਦਾ ਸੋ ਇਸੇ ਦੇ ਚੱਲਦਿਆਂ ਅੱਜ ਕਿਸਾਨ ਜਥੇਬੰਦੀਆਂ ਜੋ ਮੇਰੇ ਨਾਲ ਖੜੀਆਂ ਨੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀਆਂ ਮੈਂ ਪੰਜਾਬ ਦੇ ਸਾਰੇ ਮੀਡੀਆ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਜੋ ਖਿੰਡਣ ਦੀ ਬਜਾਏ ਸਾਰੇ ਇੱਕ ਸਾਥ ਮੇਰੇ ਨਾਲ ਆ ਕੇ ਖੜ ਗਏ ਤੇ ਉਹਨਾਂ ਨੇ ਵੀ ਇਕਤਾ ਦਿਖਾਈ ਮੈਂ ਮੀਡੀਆ ਦਾ ਧੰਨਵਾਦ ਕਰਦੀਆਂ ਫਿਰ ਤੋਂ ਇੱਕ ਵਾਰ ਪੂਰੀਆਂ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦੀਆਂ ਤੇ ਉਹਨਾਂ ਆਮ ਨਾਗਰਿਕਾਂ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਲਗਾਤਾਰ ਮੈਨੂੰ ਮੈਸੇਜਸ ਕਰਕੇ ਮੈਨੂੰ ਕੰਟੈਕਟ ਕਰਕੇ ਮੇਰੀ ਹੌਸਲਾ ਅਫਜ਼ਾਈ ਕੀਤੀ ਤੇ ਇੱਥੇ ਬੈਠੇ ਹਰ ਇੱਕ ਉਸ ਇਨਸਾਨ ਦਾ ਧੰਨਵਾਦ ਕਰਦੀਆਂ ਜੋ ਅੱਜ ਮੇਰੇ ਨਾਲ ਆ ਕੇ ਖੜੇ ਨੇ ਇਸ ਦੇ ਨਾਲ ਜਿਹੜੇ ਸਾਡੇ ਕੈਮਰਾਮੈਨ ਨੇ सुरेंद्र ਭਾਜੀ ਉਹ ਵੀ ਮੇਰੇ ਵੱਲੋਂ ਤੇ ਪੂਰੀ ਸਮੁੱਚੀ ਆਰਪੀਡੀ 24 মিডিਆ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹੁਣ ਬਲਵੇਰ ਬੇਨਤੀ ਕਰਾਂ ਭਾਈ ਬਲਵੰਤ ਸਿੰਘ ਆ ਤੇ ਸੀਨਾ ਸਾਹਿਬ ਇਹ ਸਾਡੀਆਂ ਬੇਟੀਆਂ ਨੂੰ ਸਨਮਾਨਤ ਕਰਨਗੇ ਆਓ ਜੀ ਸੀਨਾ ਸਾਹਿਬ ਵਾਈ ਬਲੋਂਜੀ ਪੰਨੂ ਸਾਹਿਬ ਜੀ ਬੋਲੇ ਸੋ ਨਿਹਾਲ ਜਿਨ੍ਹਾਂ ਦੇ ਵਿੱਚ ਸਾਡੀਆਂ ਮਾਵਾਂ ਵੀ ਮੌਜੂਦ ਨੇ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਕਿ ਸਰਕਾਰ ਦੇ ਨਾਲ ਮੱਥਾ ਲਾਉਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਦੂਰੋਂ ਦੂਰੋਂ ਟੀਵੀ ਦੇ ਵਿੱਚ ਦੇਖਣ ਨੂੰ ਠੀਕ ਲੱਗਦਾ ਹੈ ਵੀ ਹਾਂ ਇੱਥੇ ਗਏ ਹੋਏ ਨੇ ਧਰਨੇ ਲਾਏ ਹੋਏ ਨੇ ਪਰ ਜਿਹੜੇ ਲੋਕ ਜੰਤਰ ਮੰਤਰ ਤੇ ਜਾਂ ਫਿਰ ਕਿਤੇ ਹੋਰ ਜਾ ਕੇ ਬੈਠ ਕੇ ਬੜੇ ਆਰਾਮ ਦੇ ਨਾਲ ਇਹਨਾਂ ਸਾਰਿਆਂ ਨੂੰ ਜਸਟ ਕਮੈਂਟ ਕਰਦੇ ਪਏ ਨੇ ਉਹ ਸਭ ਤੋਂ ਪਹਿਲਾਂ ਇੱਥੇ ਆ ਕੇ ਦੇਖਣ ਕਿ ਇੱਥੇ ਕੀ ਹਾਲਾਤ ਬਣੀ ਹੋਈ ਨੇ ਸੋ ਇਸੇ ਦੇ ਚੱਲਦਿਆਂ ਅਸੀਂ ਜਿਹੜਾ ਸਾਡਾ ਮੀਡੀਆ ਆਰਪੀਡੀ 24 ਸਾਡੇ ਵੱਲੋਂ ਕਿਸਾਨ ਜੋਥੇ ਬੰਦੀਆਂ ਦੀ ਗੱਲ ਸੁਣੀ ਗਈ ਪਰ ਕਹਿੰਦੇ ਨੇ ਕਿ মিডিਆ ਜਿਹੜਾ ਨਿਰਪੱਖ ਹੁੰਦਾ ਆ ਉਹ ਕਿਸੇ ਇੱਕ ਪੱਖ ਦੀ ਗੱਲ ਨਹੀਂ ਕਰਦਾ ਉਹ ਸਾਰਿਆਂ ਦੀ ਗੱਲ ਸੁਣਦਾ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਜੰਦਰ ਮੰਦਰ ਵਿਖੇ ਕਾਂਗਰਸੀ ਵਿਧਾਇਕ ਉਥੇ ਐਮਪੀ ਬੈਠੇ ਹੋਏ ਨੇ ਤੇ ਅਸੀਂ ਉਥੇ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਰਵਨੀਤ ਬਿੱਟੂ ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਗਏ ਸੀ ਪਰ ਉਹ ਸਾਨੂੰ ਨਹੀਂ ਮਿਲੇ ਉਥੇ ਇਹ ਵੀ ਬੈਠੇ ਹੋਏ ਸਨ ਜਿਨ੍ਹਾਂ ਨੂੰ ਜਸਵੀਰ ਸਿੰਘ გილ ਡਿੰਪਾ ਕਿਹਾ ਜਾਂਦੇ ਇਹਨਾਂ ਨੇ ਕਿਹਾ ਪਹਿਲਾਂ ਮੇਰੀ ਇੰਟਰਵਿਊ ਕਰੋ ਪਹਿਲਾਂ ਤਾਂ ਇਹਨਾਂ ਨੇ ੱੱਕੇ ਨਾਲ ਸਾਨੂੰ ਆਪਣੀ ਇੰਟਰਵਿਊ ਕਰਨ ਦੇ ਲਈ ਕਿਹਾ ਤੇ ਜਦੋਂ ਮੈਂ ਉਹਨਾਂ ਨੂੰ ਇੱਕ ਇਹ ਸਵਾਲ ਪੁੱਛਿਆ ਕਿ ਜੇਕਰ ਅੱਜ ਕਿਸਾਨ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਉੱਪਰ ਯਕੀਨ ਨਹੀਂ ਕਰ 파ਰੇ ਤਾਂ ਉਸ ਦਾ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਕਿਸਾਨਾਂ ਬਾਰੇ ਨਾ ਪੁੱਛੋ ਮੈਨੂੰ ਕਿਸੇ ਹੋਰ ਬਾਰੇ ਰੰ ਪੁੱਛੋ ਮੈਨੂੰ ਸਿਰਫ ਮੇਰੇ ਬਾਰੇ ਪੁੱਛੋ ਫਿਰ ਤੁਸੀਂ ਜੰਤਰ ਮੰਡਰ ਕੀ ਕਰਨ ਬੈਠੇ ਹੋਏ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਕਿਸਾਨਾਂ ਦੇ ਹੱਕਾਂ ਲਈ ਬੈਠੇ ਹੋਏ ਹੋ ਤੇ ਗੱਲ ਤੁਸੀਂ ਉਹਨਾਂ ਦੀ ਕਰਨਾ ਨਹੀਂ ਚਾਹੁੰਦੇ ਤਾਂ ਫਿਰ ਉੱਥੇ ਕੀ ਲੈਣ ਬੈਠੇ ਹੋ ਇਨੇ ਸਵਾਲ ਤੇ ਉਹ ਪੜਕੇ ਤੇ ਉਹਨਾਂ ਨੇ ਕੱਲ ਜੋ ਬਦਸਲੂਕੀ ਕੀਤੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਪਰ ਮੈਂ ਉਸ ਬਦਸਲੂਕੀ ਤੋਂ ਪਿੱਛੇ ਨਹੀਂ ਹਟਣ ਵਾਲੀ ਉਹਨਾਂ ਨੇ ਜੋ ਕਰਨਾ ਹੈ ਉਹ ਕਰ ਸਕਦੇ ਨੇ ਜੋ ਕਰਨਾ ਉਹ ਕਰ ਸਕਦੇ ਨੇ ਉਹ ਮੇਰਾ ਸਬਰ ਪਰਖਣਾ ਚਾਹੁੰਦੇ ਨੇ ਪਰਖ ਸਕਦੇ ਨੇ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਕਿਸਾਨ ਦੀ ਧੀ ਦੇ ਵਿੱਚ ਕਿੰਨਾ ਜ਼ਿਆਦਾ ਸਬਰ ਹੁੰਦਾ ਸੋ ਇਸੇ ਦੇ ਚੱਲਦਿਆਂ ਅੱਜ ਕਿਸਾਨ ਜਥੇਬੰਦੀਆਂ ਜੋ ਮੇਰੇ ਨਾਲ ਖੜੀਆਂ ਨੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀਆਂ ਮੈਂ ਪੰਜਾਬ ਦੇ ਸਾਰੇ ਮੀਡੀਆ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਜੋ ਖਿੰਡਣ ਦੀ ਬਜਾਏ ਸਾਰੇ ਇੱਕ ਸਾਥ ਮੇਰੇ ਨਾਲ ਆ ਕੇ ਖੜ ਗਏ ਤੇ ਉਹਨਾਂ ਨੇ ਵੀ ਇਕਤਾ ਦਿਖਾਈ ਮੈਂ ਮੀਡੀਆ ਦਾ ਧੰਨਵਾਦ ਕਰਦੀਆਂ ਫਿਰ ਤੋਂ ਇੱਕ ਵਾਰ ਪੂਰੀਆਂ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦੀਆਂ ਤੇ ਉਹਨਾਂ ਆਮ ਨਾਗਰਿਕਾਂ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਲਗਾਤਾਰ ਮੈਨੂੰ ਮੈਸੇਜਸ ਕਰਕੇ ਮੈਨੂੰ ਕੰਟੈਕਟ ਕਰਕੇ ਮੇਰੀ ਹੌਸਲਾ ਅਫਜ਼ਾਈ ਕੀਤੀ ਤੇ ਇੱਥੇ ਬੈਠੇ ਹਰ ਇੱਕ ਉਸ ਇਨਸਾਨ ਦਾ ਧੰਨਵਾਦ ਕਰਦੀਆਂ ਜੋ ਅੱਜ ਮੇਰੇ ਨਾਲ ਆ ਕੇ ਖੜੇ ਨੇ ਇਸ ਦੇ ਨਾਲ ਜਿਹੜੇ ਸਾਡੇ ਕੈਮਰਾਮੈਨ ਨੇ ਸੁਰਿੰਦਰ ਭਾਜੀ ਉਹ ਵੀ ਮੇਰੇ ਵੱਲੋਂ ਤੇ ਪੂਰੀ ਸਮੁੱਚੀ ਆਰਪੀਡੀ 24 মিডিਆ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹੁਣ ਬਲਵੇਰ ਬੇਨਤੀ ਕਰਾਂ ਭਾਈ ਬਲਵੰਤ ਸਿੰਘ ਆ ਤੇ ਸ਼ੀਨਾ ਸਾਹਿਬ ਇਹ ਸਾਡੀਆਂ ਬੇਟੀਆਂ ਨੂੰ ਸਨਮਾਨਤ ਕਰਨਗੇ ਆਓ ਜੀ ਸ਼ੀਨਾ ਸਾਹਿਬ ਆਇ ਬロンਜੀ ਤਨੂ ਸਾਹਿਬ ਜੀ ਬੋਲੇ ਸੋ ਨਿਹਾਲ ਜਿਨ੍ਹਾਂ ਦੇ ਵਿੱਚ ਸਾਡੀਆਂ ਮਾਵਾਂ ਵੀ ਮੌਜੂਦ ਨੇ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਕਿ ਸਰਕਾਰ ਦੇ ਨਾਲ ਮੱਥਾ ਲਾਉਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਦੂਰੋਂ ਦੂਰੋਂ ਟੀਵੀ ਦੇ ਵਿੱਚ ਦੇਖਣ ਨੂੰ ਠੀਕ ਲੱਗਦਾ ਵੀ ਹਾਂ ਇੱਥੇ ਗਏ ਹੋਏ ਨੇ ਧਰਨੇ ਲਾਏ ਹੋਏ ਨੇ ਪਰ ਜੇ ਜੰਤਰ ਮੰਤਰ ਤੇ ਜਵਾ ਫਿਰ ਕਿਤੇ ਹੋਰ ਜਾ ਕੇ ਬੈਠ ਕੇ ਬੜੇ ਆਰਾਮ ਦੇ ਨਾਲ ਇਹਨਾਂ ਸਾਰਿਆਂ ਨੂੰ ਜਸਟ ਕਮੈਂਟ ਕਰਦੇ ਪਏ ਨੇ ਉਹ ਸਭ ਤੋਂ ਪਹਿਲਾਂ ਇੱਥੇ ਆ ਕੇ ਦੇਖਣ ਕਿ ਇੱਥੇ ਕੀ ਹਾਲਾਤ ਬਣੀ ਹੋਈ ਨੇ ਸੋ ਇਸੇ ਦੇ ਚੱਲਦਿਆਂ ਅਸੀਂ ਜਿਹੜਾ ਸਾਡਾ ਮੀਡੀਆ ਆਰਪੀਡੀ 24 ਸਾਡੇ ਵੱਲੋਂ ਕਿਸਾਨਾਂ ਅਤੇ ਬੰਦੀਆਂ ਦੀ ਗੱਲ ਸੁਣੀ ਗਈ ਪਰ ਕਹਿੰਦੇ ਨੇ ਕਿ মিডিਆ ਜਿਹੜਾ ਨਿਰਪੱਖ ਹੁੰਦਾ ਆ ਉਹ ਕਿਸੇ ਇੱਕ ਪੱਖ ਦੀ ਗੱਲ ਨਹੀਂ ਕਰਦਾ ਉਹ ਸਾਰਿਆਂ ਦੀ ਗੱਲ ਸੁਣਦਾ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਜੰਦਰ ਮੰਦਰ ਵਿਖੇ ਕਾਂਗਰਸੀ ਵਿਧਾਇਕ ਉਥੇ ਐਮਪੀ ਬੈਠੇ ਹੋਏ ਨੇ ਤੇ ਅਸੀਂ ਉਥੇ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਰਵਨੀਤ ਬਿੱਟੂ ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਗਏ ਸੀ ਪਰ ਉਹ ਸਾਨੂੰ ਨਹੀਂ ਮਿਲੇ ਉਥੇ ਇਹ ਵੀ ਬੈਠੇ ਹੋਏ ਸਨ ਜਿਨ੍ਹਾਂ ਨੂੰ ਜਸਵੀਰ ਸਿੰਘ გილ ਜਿੰਪਾ ਕਿਹਾ ਜਾਂਦੇ ਇਹਨਾਂ ਨੇ ਕਿਹਾ ਪਹਿਲਾਂ ਮੇਰੀ ਇੰਟਰਵਿਊ ਕਰੋ ਪਹਿਲਾਂ ਤਾਂ ਇਹਨਾਂ ਨੇ ੱੱਕੇ ਨਾਲ ਸਾਨੂੰ ਆਪਣੀ ਇੰਟਰਵਿਊ ਕਰਨ ਦੇ ਲਈ ਕਿਹਾ ਤੇ ਜਦੋਂ ਮੈਂ ਉਹਨਾਂ ਨੂੰ ਇੱਕ ਇਹ ਸਵਾਲ ਪੁੱਛਿਆ ਕਿ ਜੇਕਰ ਅੱਜ ਕਿਸਾਨ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਉੱਪਰ ਯਕੀਨ ਨਹੀਂ ਕਰ ਪਾ ਰਹੇ ਤਾਂ ਉਸ ਦਾ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਕਿਸਾਨਾਂ ਬਾਰੇ ਨਾ ਪੁੱਛੋ ਮੈਨੂੰ ਕਿਸੇ ਹੋਰ ਬਾਰੇ ਰੰ ਪੁੱਛੋ ਮੈਨੂੰ ਸਿਰਫ ਮੇਰੇ ਬਾਰੇ ਪੁੱਛੋ ਫਿਰ ਤੁਸੀਂ ਜੰਤਰ ਮੰਡਰ ਕੀ ਕਰਨ ਬੈਠੇ ਹੋਏ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਕਿਸਾਨਾਂ ਦੇ ਹੱਕਾਂ ਲਈ ਬੈਠੇ ਹੋਏ ਹੋ ਤੇ ਗੱਲ ਤੁਸੀਂ ਉਹਨਾਂ ਦੀ ਕਰਨਾ ਨਹੀਂ ਚਾਹੁੰਦੇ ਤਾਂ ਫਿਰ ਉੱਥੇ ਕੀ ਲੈਣ ਬੈਠ ਇਹਨੇ ਸਵਾਲ ਤੇ ਉਹ ਪੜਕੇ ਤੇ ਉਹਨਾਂ ਨੇ ਕੱਲ ਜੋ ਬਦਸਲੂਕੀ ਕੀਤੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਪਰ ਮੈਂ ਉਸ ਬਦਸਲੂਕੀ ਤੋਂ ਪਿੱਛੇ ਨਹੀਂ ਹਟਣ ਵਾਲੀ ਉਹਨਾਂ ਨੇ ਜੋ ਕਰਨਾ ਹੈ ਉਹ ਕਰ ਸਕਦੇ ਨੇ ਜੋ ਕਰਨਾ ਉਹ ਕਰ ਸਕਦੇ ਨੇ ਉਹ ਮੇਰਾ ਸਬਰ ਪਰਖਣਾ ਚਾਹੁੰਦੇ ਨੇ ਪਰਖ ਸਕਦੇ ਨੇ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਕਿਸਾਨ ਦੀ ਧੀ ਦੇ ਵਿੱਚ ਕਿੰਨਾ ਜ਼ਿਆਦਾ ਸਬਰ ਹੁੰਦਾ ਸੋ ਇਸੇ ਦੇ ਚੱਲਦਿਆਂ ਅੱਜ ਕਿਸਾਨ ਜਥੇਬੰਦੀਆਂ ਜੋ ਮੇਰੇ ਨਾਲ ਖੜੀਆਂ ਨੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀਆਂ ਮੈਂ ਪੰਜਾਬ ਦੇ ਸਾਰੇ ਮੀਡੀਆ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਜੋ ਖਿੰਡਣ ਦੀ ਬਜਾਏ ਸਾਰੇ ਇੱਕ ਸਾਥ ਮੇਰੇ ਨਾਲ ਆ ਕੇ ਖੜ ਗਏ ਤੇ ਉਹਨਾਂ ਨੇ ਵੀ ਇਕਤਾ ਦਿਖਾਈ ਮੈਂ ਮੀਡੀਆ ਦਾ ਧੰਨਵਾਦ ਕਰਦੀਆਂ ਫਿਰ ਤੋਂ ਇੱਕ ਵਾਰ ਪੂਰੀਆਂ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦੀਆਂ ਤੇ ਉਹਨਾਂ ਆਮ ਨਾਗਰਿਕਾਂ ਦਾ ਧੰਨਵਾਦ ਕਰ ਦੀਆਂ ਜਿਨ੍ਹਾਂ ਨੇ ਲਗਾਤਾਰ ਮੈਨੂੰ ਮੈਸੇजेस ਕਰਕੇ ਮੈਨੂੰ ਕੰਟੈਕਟ ਕਰਕੇ ਮੇਰੀ ਹੌਸਲਾ ਅਫਜ਼ਾਈ ਕੀਤੀ ਤੇ ਇੱਥੇ ਬੈਠੇ ਹਰ ਇੱਕ ਉਸ ਇਨਸਾਨ ਦਾ ਧੰਨਵਾਦ ਕਰਦੀਆਂ ਜੋ ਅੱਜ ਮੇਰੇ ਨਾਲ ਆ ਕੇ ਖੜੇ ਨੇ ਇਸ ਦੇ ਨਾਲ ਜਿਹੜੇ ਸਾਡੇ ਕੈਮਰਾਮੈਨ ਨੇ ਸੁਰਿੰਦਰ ਭਾਜੀ ਉਹ ਵੀ ਮੇਰੇ ਵੱਲੋਂ ਤੇ ਪੂਰੀ ਸਮੂੱਚੀ ਆਰਪੀਡੀ 24 মিডিਆ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕੋਲੋਂ ਬਲਵੇਰ ਬੇਨਤੀ ਕਰਾਂ ਭਾਈ ਬਲਵੰਤ ਸਿੰਘ ਆ ਤੇ ਸ਼ੀਨਾ ਸਾਹਿਬ ਇਹ ਸਾਡੀਆਂ ਬੇਟੀਆਂ ਨੂੰ ਸਨਮਾਨਤ ਕਰਨਗੇ ਆਓ ਜੀ ਸ਼ੀਨਾ ਸਾਹਿਬ ਆਇ ਬਲੋਂਜੀ ਪੰਨੂ ਸਾਹਿਬ ਜੀ ਬੋਲੇ ਸੋ ਨਿਹਾਲ ਜਿਨ੍ਹਾਂ ਦੇ ਵਿੱਚ ਸਾਡੀਆਂ ਮਾਵਾਂ ਵੀ ਮੌਜੂਦ ਹੈ